ਲਫਜ਼ਾਂ ਦੀ ਦੁਨੀਆ ਯੂਟਿਊਬ ਚੈਨਲ ਦੇਖ ਰਹੇ ਨੌਜਵਾਨ ਦੋਸਤਾਂ ਦਾ ਹਾਰਦਿਕ ਸਵਾਗਤ ਹੈ। ਅੱਜ ਦੀ ਇਸ ਸ਼ਾਰਟ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸੈਂਟਰ ਪੁਲਿਸ ਦੀ ਭਰਤੀ ਅਤੇ ਫੌਜ ਦੀ ਭਰਤੀ ਸੰਬੰਧੀ ਕੁਝ ਮੋਟੇ ਜਿਹੇ ਨੁਕਤੇ ਦੱਸਣ ਦੀ ਕੋਸ਼ਿਸ਼ ਕਰੂੰਗਾ। ਸਭ ਤੋਂ ਪਹਿਲੀ ਗੱਲ, ਜਦੋਂ ਅਸੀਂ ਪੁਲਿਸ ਦੀ ਗੱਲ ਕਰਦੇ ਹਾਂ ਤਾਂ ਬਹੁਤ ਸਾਰੇ ਨੌਜਵਾਨ ਜਿਹੜੇ ਆ ਉਹ ਪੁਲਿਸ ਦਾ ਮਤਲਬ ਕੇਵਲ ਅਤੇ ਕੇਵਲ ਪੰਜਾਬ ਪੁਲਿਸ ਮੰਨ ਲੈਂਦੇ ਆ। ਪੁਲਿਸ ਦਾ ਮਤਲਬ ਕੇਵਲ ਅਤੇ ਕੇਵਲ ਪੰਜਾਬ ਪੁਲਿਸ ਨਹੀਂ, ਪੁਲਿਸ ਦਾ ਮਤਲਬ ਬਹੁਤ ਕੁਝ ਦੇ ਨਾਲ ਸੈਂਟਰ ਪੁਲਿਸ ਵੀ ਹੈ। ਅਤੇ ਜਿਹੜੀ ਸੈਂਟਰ ਪੁਲਿਸ ਹੈ ਉਹਦੇ ਵਿੱਚ BSF, CISF, ਅਸਮ ਰਾਈਫਲ ਅਤੇ CRP, ਇਹਦੇ ਤਹਿਤ ਇੱਦਾਂ ਕਈ ਤਰ੍ਹਾਂ ਦੀ ਪੁਲਿਸ ਜਿਹੜੀ ਹੈ ਉਹ ਆਉਂਦੀ ਹੈ। ਜਿਹੜੀ ਸੈਂਟਰ ਪੁਲਿਸ ਹੈ ਇਹ ਕੇਂਦਰ ਸਰਕਾਰ ਦਾ ਜਿਹੜਾ ਗ੍ਰਹਿ ਮੰਤਰਾਲਾ ਹੈ ਉਹਦੇ ਅੰਡਰ ਆਉਂਦੀ ਹੈ। ਸੈਂਟਰ ਪੁਲਿਸ ਦੀ ਜਿਹੜੀ ਭਰਤੀ ਪ੍ਰਕਿਰਿਆ ਹੈ ਉਹਦੇ ਵਿੱਚ ਕਿਸੇ ਵੀ ਲੜਕੇ ਜਾਂ ਲੜਕੀ ਵੱਲੋਂ ਅਪਲਾਈ ਕੀਤਾ ਜਾ ਸਕਦਾ ਜਿਹੜਾ ਮੋਟੇ ਤੌਰ 'ਤੇ +2 ਪਾਸ ਹੋਵੇ। ਕੁਝ ਸ਼ਰਤਾਂ ਸਹਿਤ 10ਵੀਂ ਪਾਸ ਲੜਕੇ ਲੜਕੀਆਂ ਵੀ ਸੈਂਟਰ ਪੁਲਿਸ ਦੀ ਜਿਹੜੀ ਭਰਤੀ ਹੈ ਉਹ ਦੇਖ ਸਕਦੇ ਆ। ਉਮਰ ਜਿਹੜੀ ਹੈ ਉਹ 18 ਸਾਲ ਤੋਂ ਸ਼ੁਰੂ ਹੁੰਦੀ ਹੈ। ਬਹੁਤ ਸਾਰੀਆਂ ਕੈਟਾਗਰੀਜ਼ ਦੇ ਵਿੱਚ ਉਮਰ ਜਨਰਲ ਕੈਟਾਗਰੀ ਦੀ 25 ਸਾਲ, BC ਦੀ 28 ਸਾਲ ਅਤੇ SC ਦੀ 30 ਸਾਲ ਹੁੰਦੀ ਹੈ। ਜਿੱਥੋਂ ਤੱਕ ਗੱਲ ਹਾਈਟ ਦੀ ਹੈ, ਹਾਈਟ ਦੇ ਵਿੱਚ ਜਿਹੜੇ ਲੜਕੇ ਆ ਉਹਨਾਂ ਦੀ 5'7" ਘੱਟੋ ਘੱਟ, ਇਸ ਤੋਂ ਵੱਧ ਜਿੰਨੀ ਮਰਜ਼ੀ। ਪਰ ਹਾਂ, ਵੱਧ ਹਾਈਟ ਦਾ ਕੋਈ ਨੰਬਰ ਸੈਂਟਰ ਪੁਲਿਸ ਦੇ ਵਿੱਚ ਪੰਜਾਬ ਪੁਲਿਸ ਵਾਂਗ ਨਹੀਂ ਮਿਲਦਾ। ਇਸੇ ਤਰ੍ਹਾਂ ਜਿਹੜੀਆਂ ਲੜਕੀਆਂ ਨੇ ਉਹਨਾਂ ਦੀ ਘੱਟੋ ਘੱਟ ਹਾਈਟ ਜਿਹੜੀ ਹੈ 5'3" ਹੋਣੀ ਜ਼ਰੂਰੀ ਹੈ। ਜੇ ਅਸੀਂ ਜਿਹੜੀ ਗਰਾਊਂਡ ਦੀ ਗੱਲ ਕਰੀਏ ਤਾਂ ਲੜਕਿਆਂ ਨੂੰ 5 ਕਿਲੋਮੀਟਰ ਦੌੜ 24 ਮਿੰਟ ਵਿੱਚ ਪੂਰੀ ਕਰਨੀ ਪੈਂਦੀ ਹੈ ਅਤੇ ਜਿਹੜੀਆਂ ਲੜਕੀਆਂ ਨੇ ਉਹਨਾਂ ਨੇ ਜਿਹੜੀ 1600 ਮੀਟਰ ਦੌੜ ਹੈ ਉਹ 8 ਮਿੰਟ ਦੇ ਵਿੱਚ ਪੂਰੀ ਕਰਨੀ। ਬਾਕੀ ਜੋ ਪੰਜਾਬ ਪੁਲਿਸ ਦੇ ਅਤੇ ਫੌਜ ਦੇ ਜਿਹੜੇ ਨਿਯਮ ਆ ਉਹਨਾਂ ਅਨੁਸਾਰ ਇਹਨਾਂ ਦਾ ਹਾਈ ਜੰਪ, ਇਹਨਾਂ ਦਾ ਲੌਂਗ ਜੰਪ ਜਿਹੜਾ ਹੈ ਉਹ ਕਰਵਾਇਆ ਜਾਂਦਾ। ਅਤੇ ਇੱਥੇ ਮੈਂ ਇੱਕ ਗੱਲ ਹੋਰ ਦੱਸਦੇ ਹਾਂ, ਜਿੱਦਾਂ ਪੰਜਾਬ ਪੁਲਿਸ ਦੇ ਵਿੱਚ +2 ਦੀ ਪਰਸੈਂਟੇਜ ਦੇ ਹਿਸਾਬ ਨਾਲ ਤੁਹਾਨੂੰ ਨੰਬਰ ਮਿਲਦੇ ਆ ਅਤੇ ਤੁਹਾਨੂੰ ਹਾਈਟ ਦੇ ਹਿਸਾਬ ਨਾਲ ਨੰਬਰ ਮਿਲਦੇ ਆ, ਸੈਂਟਰ ਪੁਲਿਸ ਵਿੱਚ ਕਿਸੇ ਪ੍ਰਕਾਰ ਦਾ ਹਾਈਟ ਦਾ ਜਾਂ ਪਰਸੈਂਟੇਜ ਦਾ ਨੰਬਰ ਸਿੱਧਿਆਂ ਤੁਹਾਨੂੰ ਨਹੀਂ ਮਿਲਦਾ। ਇਹਦੇ ਭਰਤੀ ਵਾਸਤੇ ਜਦ ਤੁਸੀਂ ਫਿਜ਼ੀਕਲ ਟੈਸਟ ਕੱਢ ਲੈਂਦੇ ਹੋ, ਮੈਡੀਕਲ ਤੁਹਾਡਾ ਪ੍ਰੋਪਰ ਹੋ ਜਾਂਦਾ, ਉਸ ਤੋਂ ਬਾਅਦ ਇੱਕ ਕਾਫੀ ਕੰਪਰੀਹੈਂਸਿਵ, ਇੱਕ ਵਿਸ਼ਾਲ ਤੁਹਾਡਾ ਜਨਰਲ ਨੌਲੇਜ ਦਾ, ਰੀਜ਼ਨਿੰਗ ਦਾ ਟੈਸਟ ਲਿਆ ਜਾਂਦਾ। ਇਹ ਜਿਹੜਾ ਟੈਸਟ ਹੈ ਇਹਦੀ ਜੇ ਤੁਸੀਂ ਤਿਆਰੀ ਕਰਨੀ ਹੋਵੇ ਤਾਂ ਤੁਸੀਂ ਜਿਹੜੀਆਂ CBSE ਨਾਲ ਟੈਕਸਟ ਦੀਆਂ ਕਿਤਾਬਾਂ ਨੇ CBSE ਦੀਆਂ ਉਹਨਾਂ ਨੂੰ ਪੜ੍ਹ ਸਕਦੇ ਹੋ, ਅਤੇ CBSE ਦੀਆਂ ਟੈਕਸਟ ਦੀਆਂ ਕਿਤਾਬਾਂ ਜਿਹੜੀਆਂ ਨੇ ਉਹਨਾਂ ਨੂੰ ਪੜ੍ਹਨ ਤੋਂ ਬਾਅਦ ਜਿਹੜੀਆਂ ਤੁਸੀਂ ਇਹਨੂੰ 6ਵੀਂ ਤੋਂ ਲੈ ਕੇ 12ਵੀਂ ਤੱਕ ਦੀਆਂ ਜਿਹੜੀਆਂ ਕਿਤਾਬਾਂ ਉਹਨਾਂ ਦੇ ਉੱਤੇ ਤੁਸੀਂ ਨਜ਼ਰ ਜਿਹੜੀ ਹੈਗੀ ਹੈ ਉਹ ਆਪਣੀ ਫੇਰ ਸਕਦੇ ਹੋ। ਅਤੇ ਇੱਕ ਖਾਸ ਗੱਲ ਮੈਂ ਜ਼ਰੂਰ ਕਹਿਣੀ ਚਾਹੂੰਗਾ, ਜਿਹੜੀ ਪੰਜਾਬ ਇਸ ਮੌਕੇ ਸਭ ਤੋਂ ਜ਼ਿਆਦਾ ਜਿਹਦੇ 'ਚ ਘਾਟੇ 'ਚ ਜਾ ਰਿਹਾ, ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਦੇ ਕੋਲ ਜਨਰਲ ਨੌਲੇਜ ਦਾ ਫੀਲਡ ਬਹੁਤ ਹੱਦ ਤੱਕ ਸਾਫ਼ ਹੋ ਚੁੱਕਾ। ਅਸੀਂ ਇਹ ਵੀ ਨਹੀਂ ਜਾਣਦੇ ਹੁੰਦੇ ਕਿ ਜਿਹੜੀਆਂ ਗੱਲਾਂ ਸਾਡੇ ਆਲੇ ਦੁਆਲੇ ਵਾਪਰਦੀਆਂ ਨੇ ਉਹ ਕੀ ਨੇ, ਅਤੇ ਜਿਹੜੀ ਜਨਰਲ ਨੌਲੇਜ ਦੇ ਸਵਾਲ ਸਾਨੂੰ ਸੈਂਟਰ ਪੁਲਿਸ ਦੇ ਟੈਸਟ ਦੇ ਵਿੱਚ ਆਉਂਦੇ ਨੇ ਉਹ ਮੋਟੇ ਤੌਰ ਦੇ ਉੱਤੇ ਸਾਡੇ ਚੁਗਿਰਦੇ ਵਿੱਚੋਂ ਹੁੰਦੇ ਨੇ। ਸੋ ਪਹਿਲੀ ਗੱਲ ਤਾਂ ਜਿਹੜਾ ਸਾਡਾ DD ਨਿਊਜ਼ ਹੈ, ਜਿਹੜਾ ਸਾਡਾ ਗੌਰਮੈਂਟ ਦਾ ਚੈਨਲ ਹੈ ਜਾਂ DD ਜਲੰਧਰ ਹੈ, ਇਹਦੇ 'ਤੇ ਜਿਹੜੀਆਂ ਖਬਰਾਂ ਆਉਂਦੀਆਂ ਨੇ ਇਹਨਾਂ ਨੂੰ ਤੁਸੀਂ ਰੋਜ਼ ਇੱਕ ਡਾਇਰੀ ਲਾ ਕੇ ਕਮ ਸੇ ਕਮ ਦਿਹਾੜੀ 'ਚ 1 ਜਾਂ 2 ਵਾਰ ਜ਼ਰੂਰ ਸੁਣੋ। ਜੇ ਟਾਈਮ ਤੁਹਾਡਾ TV ਨਾਲ ਨਹੀਂ ਮਿਲਦਾ ਤਾਂ ਤੁਸੀਂ ਉਹ YouTube ਦੇ ਥਰੂ ਜਾਂ ਫਿਰ ਤੁਸੀਂ Facebook ਦੇ ਥਰੂ ਅਤੇ ਜਾਂ ਫਿਰ ਇਹਨਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ DD ਨਿਊਜ਼ ਦੀ ਐਪ ਦੇ ਥਰੂ ਵੀ ਆਪਣੀ ਨੌਲੇਜ ਜਿਹੜੀ ਆ ਉਹਨੂੰ ਇਨਕਰੀਜ਼ ਕਰ ਸਕਦੇ। ਦੂਜੀ ਗੱਲ, ਜੋ ਤੁਹਾਡਾ CBSE ਦਾ ਜਾਂ ਜੋ ਵੀ ਤੁਹਾਡੀ ਸਟੱਡੀ ਹੈਗੀ ਆ ਉਹਨੂੰ ਥੋਰੋਲੀ ਕਰੋ ਅਤੇ ਉਹਦੇ ਵਿੱਚੋਂ ਬਹੁਤ ਸਾਰੀ ਜਨਰਲ ਨੌਲੇਜ ਤੁਹਾਨੂੰ ਮਿਲ ਜਾਂਦੀ ਹੈ।
ਬਾਜ਼ਾਰ ਦੇ ਵਿੱਚ ਕੁਝ ਮਾਰਕੀਟ ਦੇ ਵਿੱਚ ਕੁਝ ਚੰਗੀਆਂ ਜਨਰਲ ਨੌਲੇਜ ਦੀਆਂ ਕਿਤਾਬਾਂ ਵੀ ਆਈਆਂ ਹੋਈਆਂ ਨੇ, ਉਹਨਾਂ ਕਿਤਾਬਾਂ 'ਤੇ ਵੀ ਤੁਸੀਂ ਨਜ਼ਰ ਜਿਹੜੀ ਆ ਮਾਰ ਸਕਦੇ ਹੋ ਅਤੇ ਇਸ ਤਰ੍ਹਾਂ ਤੁਸੀਂ ਆਪਣੀ ਸੈਂਟਰ ਪੁਲਿਸ ਦੀ ਭਰਤੀ ਦੇ ਵਿੱਚ ਕਾਮਯਾਬ ਹੋ ਸਕਦੇ ਹੋ। ਕਿਸੇ ਦਲਾਲ ਦੇ ਮਗਰ, ਕਿਸੇ ਠੱਗ ਦੇ ਮਗਰ, ਕਿਸੇ ਏਜੰਟ ਦੇ ਮਗਰ ਤੁਸੀਂ ਨਹੀਂ ਜਾਣਾ, ਕਿਉਂਕਿ ਗਰੁੱਪ ਸੀ ਅਤੇ ਗਰੁੱਪ ਡੀ ਦੀਆਂ ਜਿੰਨੀਆਂ ਵੀ ਪੋਸਟਾਂ ਨੇ ਉਹਨਾਂ ਸਾਰੀਆਂ ਵਿੱਚੋਂ ਇੰਟਰਵਿਊ ਸਿਸਟਮ ਖਤਮ ਹੋ ਚੁੱਕਾ। ਠੀਕ ਹੈ ਜੀ, ਯਾਦ ਰੱਖੋ ਸੈਂਟਰ ਪੁਲਿਸ ਦੇ ਵਿੱਚ ਆਮ ਤੌਰ 'ਤੇ ਉਹ ਲੜਕੇ ਲੜਕੀਆਂ ਜ਼ਿਆਦਾ ਕਾਮਯਾਬ ਹੁੰਦੇ ਨੇ ਜਿਨ੍ਹਾਂ ਦੀ ਸਪੀਡ ਬਹੁਤੀ ਨਹੀਂ ਹੈ, ਲੇਕਿਨ ਜਿਹੜੇ ਮੈਰਾਥਨ ਦੌੜ ਜਿਹੜੀ ਹੈ ਉਹ ਦੌੜ ਲੈਂਦੇ ਨੇ। ਮੈਂ ਜਿਵੇਂ ਪਹਿਲਾਂ ਦੱਸਿਆ ਕਿ 5 ਕਿਲੋਮੀਟਰ ਦੌੜ 24 ਮਿੰਟ ਵਿੱਚ ਮੁੰਡਿਆਂ ਨੇ ਅਤੇ 1600 ਮੀਟਰ ਦੌੜ 8 ਮਿੰਟ ਵਿੱਚ ਕੁੜੀਆਂ ਨੇ ਪੂਰੀ ਕਰਨੀ ਹੈ। ਅਤੇ ਸੈਂਟਰ ਪੁਲਿਸ ਦੀ ਭਰਤੀ ਪ੍ਰਕਿਰਿਆ ਲਗਾਤਾਰ ਸਾਲ 'ਚ ਚੱਲਦੀ ਰਹਿੰਦੀ ਹੈ। ਸੈਂਟਰ ਗੌਰਮੈਂਟ ਦੀਆਂ ਜਿੰਨੀਆਂ ਵੀ ਜੋਬਸ ਨੇ ਉਹਨਾਂ ਦੇ ਵਿੱਚ ਜਿਸ ਦਿਨ ਤੋਂ ਤੁਸੀਂ ਪਰਮਾਨੈਂਟ ਹੁੰਦੇ ਹੋ ਉਸ ਦਿਨ ਤੋਂ ਤੁਹਾਨੂੰ ਪੂਰੀ ਦੀ ਪੂਰੀ ਜਿਹੜੀ ਵਾਜਬ ਤਨਖਾਹ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ। ਸੋ ਤੁਹਾਡੇ ਘਰ ਪਰਿਵਾਰ ਦਾ ਖਿਆਲ ਜਿਹੜਾ ਹੈ ਉਹ ਵਿਭਾਗ ਵੱਲੋਂ ਰੱਖਿਆ ਜਾਂਦਾ, ਤੁਹਾਨੂੰ ਗੁੱਡ ਸੈਲਰੀ ਦਿੱਤੀ ਜਾਂਦੀ ਹੈ ਅਤੇ ਉਹਦੇ ਏਵਜ਼ ਦੇ ਵਿੱਚ ਤੁਸੀਂ ਆਪਣੀਆਂ ਸੇਵਾਵਾਂ ਦੇਸ਼ ਦੇ ਲਈ ਅਰਪਿਤ ਕਰਦੇ ਹੋ। ਸੋ ਮੈਨੂੰ ਉਮੀਦ ਹੈ ਕਿ ਤੁਸੀਂ ਸੈਂਟਰ ਪੁਲਿਸ ਦੇ ਬਾਰੇ 'ਚ ਕਾਫੀ ਕੁਝ ਜਾਣ ਲਿਆ ਹੋਏਗਾ। ਕਿਸੇ ਕਿਸਮ ਦੀ ਕੋਈ ਕੁਆਰੀ ਹੋਵੇ, ਕੋਈ ਸਵਾਲ ਹੋਵੇ ਤਾਂ ਤੁਸੀਂ ਯੂਟਿਊਬ ਦੇ ਮਾਧਿਅਮ ਰਾਹੀਂ ਇਹ ਸਵਾਲ ਪੁੱਛ ਸਕਦੇ ਹੋ। ਇੱਕ ਹੋਰ ਸ਼ਾਰਟ ਵੀਡੀਓ ਦੇ ਨਾਲ ਜਲਦ ਤੁਹਾਨੂੰ ਮਿਲਾਂਗੇ। ਸੋ ਤੁਸੀਂ ਲਗਾਤਾਰ ਇਸ ਚੈਨਲ ਨੂੰ ਦੇਖਦੇ ਰਹੋ, ਸਬਸਕ੍ਰਾਈਬ ਕਰਦੇ ਰਹੋ, ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰਦੇ ਰਹੋ। ਸ਼ੁਕਰੀਆ।